ਅਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਗਏ ਅਤੇ ਆਪਾਂ ਤੁਹਾਨੂੰ ਜਹਾਜ਼ ਵੀ ਦਿਖਾਇਆ ਜੀ, ਜਹਾਜ਼ ਜਿਹੜਾ ਕਿ ਸਰਹੰਦ ਏਅਰਲਾਈਨ ਨਾਂ 'ਤੇ ਇੱਥੇ ਬਣਾਇਆ ਹੋਇਆ। ਅਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ। ਇੱਥੇ ਨਾ ਤੁਹਾਨੂੰ ਜਿਹੜਾ ਰਸਤਾ ਉਹ ਉੱਚਾ ਨੀਵਾਂ ਮਿਲੂਗਾ, ਮਤਲਬ ਕਿਤੇ ਇੱਕਦਮ ਚੜ੍ਹਾਈ ਆ ਜੀ, ਇੱਕਦਮ ਥੱਲੇ ਨੂੰ ਨੀਵਾਂ, ਅਤੇ ਹੁਣ ਪੂਰੇ ਚੜ੍ਹਾਈ ਆ ਜੀ। ਹੁਣ ਇੱਥੋਂ ਆਪਾਂ ਉਹ ਥੱਲੇ ਨੂੰ ਫਿਰ ਉਤਰ ਜਾਣਾ, ਉੱਥੇ ਫਿਰ ਚੜ੍ਹਾਈ ਆ, ਉਹ ਤੁਸੀਂ ਦੇਖਦਾ ਹੋਊਗਾ। ਆਪਾਂ ਹੁਣ ਪਹੁੰਚੇ ਹਾਂ ਜੀ ਗੁਰਦੁਆਰਾ ਮਾਤਾ ਭਾਗ ਕੌਰ ਜੀ ਦਾ, ਅਤੇ ਇਹਦੇ ਤੁਹਾਨੂੰ ਆਪਾਂ ਹੁਣ ਦਰਸ਼ਨ ਕਰਾਵਾਂਗੇ। ਅਤੇ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਆ। ਇਹ ਗੁਰਦੁਆਰਾ ਸਾਹਿਬ ਵੀ ਰਸਤੇ 'ਚ ਪੈਂਦਾ, ਜਦੋਂ ਆਪਾਂ ਗੁਰਦੁਆਰਾ ਨਾਨਕ ਜੀਰਾ ਸਾਹਿਬ ਨੂੰ ਜਾਂਦੇ ਹਾਂ ਤਾਂ ਰਸਤੇ 'ਚ ਇਹ ਗੁਰਦੁਆਰਾ ਸਾਹਿਬ ਪੈਂਦਾ। ਇਹ ਗੁਰਦੁਆਰਾ ਮਾਤਾ ਭਾਗ ਕੌਰ ਜੀ ਪਿੰਡ ਜਨਵਾੜਾ ਅਤੇ ਜ਼ਿਲ੍ਹਾ ਬਿੰਦਰ ਦੇ ਵਿੱਚ ਪੈਂਦਾ ਜੀ। ਅਤੇ ਇਹਦੀ ਦਿੱਖ ਥੋੜ੍ਹੀ ਜਿਹੀ ਅਲੱਗ ਆ, ਇਹਨੂੰ ਇੱਦਾਂ ਨਾਲ ਪੇਂਟ ਕੀਤਾ ਹੋਇਆ। ਅਤੇ ਇੱਧਰ ਇਤਿਹਾਸ ਦਾ ਬੋਰਡ ਲੱਗਿਆ ਹੋਇਆ, ਪਹਿਲਾਂ ਇਤਿਹਾਸ ਦਿਖਾਈਏ ਤੁਹਾਨੂੰ ਗੁਰਦੁਆਰਾ ਸਾਹਿਬ। ਗੁਰਦੁਆਰਾ ਮਾਤਾ ਭਾਗ ਕੌਰ ਜੀ ਜਨਵਾੜਾ ਜਿਹੜਾ ਇਤਿਹਾਸ ਆ, ਉਹ ਇੱਥੇ ਲਿਖ ਕੇ ਦੱਸਿਆ ਗਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਪਿੱਛੋਂ ਪੂਨੇ ਦੇ ਨੇੜੇ ਸਤਾਰਾਂ ਕਿਲ੍ਹੇ ਵਿੱਚ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਨਾਂਦੇੜ ਵਿਖੇ ਜਾਓ ਅਤੇ ਬੰਦੀ ਸੋੜ ਵਾਲੀ ਘਟਨਾ ਦਾ ਸਾਰਾ ਬਿਰਾਂਤ ਸੰਗਤ ਨੂੰ ਸੁਣਾਉਂਦੇ ਹੋਏ, ਤਾਂ ਜੋ ਸੰਗਤ ਇਹ ਜਾਣ ਸਕੇ ਕਿ ਸਤਿਗੁਰ ਹਾਜ਼ਰ ਨਜ਼ਰ ਹੈ। ਨਾਂਦੇੜ ਪਹੁੰਚਣ ਪਿੱਛੋਂ ਰੁਸਤਮ ਰਾਓ ਅਤੇ ਬਾਲਾ ਰਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ। ਮਾਤਾ ਜੀ ਬਿੰਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੋਰਪੁਰੀ ਸੁਧਾਰ ਗਏ। ਮਾਈ ਭਾਗੋ ਜੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਹ ਸਾਰਾ ਇਤਿਹਾਸ ਜੀ ਗੁਰਦੁਆਰਾ ਸਾਹਿਬ ਦਾ ਇੱਥੇ ਲਿਖ ਕੇ ਦੱਸਿਆ ਗਿਆ ਬੋਰਡ ਦੇ ਉੱਤੇ। ਅਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ। ਅਤੇ ਇੱਧਰ ਇਤਿਹਾਸਕ ਖੂਹ ਬੌਲੀ ਸਾਹਿਬ ਬਣਿਆ ਹੋਇਆ, ਅਤੇ ਇਹਦੇ ਵੀ ਤੁਹਾਨੂੰ ਆਪਾਂ ਦੇਖਦੇ ਹਾਂ, ਦਰਸ਼ਨ ਕਰਾ ਦਿੰਦੇ ਹਾਂ। ਜੀ ਇਤਿਹਾਸ ਖੂਹ ਬੌਲੀ ਸਾਹਿਬ, ਇਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਣਿਆ ਹੋਇਆ। ਅਤੇ ਇਹਦਾ ਰੰਗ ਤੁਹਾਨੂੰ ਪਹਿਲਾਂ ਦੱਸ ਦਿਆ ਕਿ ਥੋੜ੍ਹਾ ਜਿਹਾ ਪੇਂਟ ਦਾ ਜਿਹੜਾ ਇਹਦਾ ਫਰਕ ਆ, ਅਤੇ ਤੁਹਾਨੂੰ ਅਲੱਗ ਦਿੱਖ ਦਿਖਦੀ ਹੋਵੇ ਗੁਰਦੁਆਰਾ ਸਾਹਿਬ ਦੀ।
ਹੁਣ ਆਪਾਂ ਅੰਦਰ ਚੱਲਦੇ ਹਾਂ ਅਤੇ ਆਪਾਂ ਮੱਥਾ ਟੇਕਦੇ ਹਾਂ ਜੀ। ਤਪ ਅਸਥਾਨ ਮਾਤਾ ਭਾਗ ਕੌਰ ਜੀ। ਇਹ ਸਾਹਮਣੇ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਵੀ ਮਾਤਾ ਭਾਗ ਕੌਰ ਜੀ ਦੀ ਹੈ। ਤਪਸਥਾਨ ਮਾਤਾ ਭਾਗ ਕੌਰ ਜੀ ਦਾ। ਹੁਣ ਆਪਾਂ ਚੱਲਦੇ ਹਾਂ ਜੀ ਉੱਪਰ ਦਰਬਾਰ ਸਾਹਿਬ ਬਣਿਆ ਉੱਥੇ ਮੱਥਾ ਟੇਕਦੇ ਹਾਂ। ਅਤੇ ਇੱਥੇ ਲਿਖ ਕੇ ਦੱਸਿਆ ਗਿਆ ਕਿ ਦਰਬਾਰ ਸਾਹਿਬ ਦਾ ਰਸਤਾ ਇੱਧਰ ਨੂੰ ਜਾਂਦਾ। ਅਤੇ ਇੱਥੇ ਲਿਖਿਆ ਕਿ ਦਰਬਾਰ ਸਾਹਿਬ ਜਾਣ ਦਾ ਰਸਤਾ, ਇੱਧਰ ਮਾਤਾ ਭਾਗ ਕੌਰ ਜੀ ਦਾ ਤਪਸਥਾਨ ਅਤੇ ਇੱਧਰੋਂ ਨਾਲ ਹੀ ਦਰਬਾਰ ਸਾਹਿਬ ਨੂੰ ਪੌੜੀਆਂ ਜਾਂਦੀਆਂ ਇੱਥੇ ਜਾਂ ਰਸਤਾ ਜਾਂਦਾ। ਅਤੇ ਹੁਣ ਆਪਾਂ ਵੀ ਚੱਲਦੇ ਹਾਂ ਮੱਥਾ ਟੇਕਣ ਦਰਬਾਰ ਸਾਹਿਬ। ਲਿਖ ਕੇ ਦੱਸਿਆ ਗਿਆ ਜੀ ਅਤੇ ਦਰਬਾਰ ਸਾਹਿਬ ਉੱਪਰ ਬਣਿਆ ਹੋਇਆ। ਆਪਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਗਏ। ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਇਆ ਜੀ ਗੁਰਦੁਆਰਾ ਬਾਬਾ ਜ਼ੋਰਾਵਰ ਜੀ ਅਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਸਾਹਿਬ। ਅਤੇ ਉੱਥੇ ਆਪਾਂ ਤੁਹਾਨੂੰ ਜਿਹੜਾ ਉਹ ਜਹਾਜ਼ ਵੀ ਦਿਖਾਇਆ, ਸਰਹੰਦ ਏਅਰਲਾਈਨ ਦੇ ਜਿਹੜਾ ਨਾਮ ਰੱਖਿਆ ਗਿਆ ਉਹ ਜਹਾਜ਼ ਵੀ ਦਿਖਾਇਆ। ਅਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਜੀ ਮਾਤਾ ਭਾਗ ਕੌਰ ਜੀ ਪਿੰਡ ਜਨਵਾੜਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣੇ ਨੇ ਉਹਦੇ ਤੁਹਾਨੂੰ ਦਰਸ਼ਨ ਕਰਾਏ ਨੇ। ਅਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ ਨੂੰ ਆਪਣੇ ਸਫ਼ਰ ਨੂੰ ਅਤੇ ਜਿਹੜਾ ਗੁਰਦੁਆਰਾ ਸਾਹਿਬ ਅੱਗੇ ਨਾਨਕ ਪੀਰਾ ਸਾਹਿਬ ਉਹਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਜੀ। ਅਤੇ ਉਹਦਾ ਆਪਾਂ ਜਿਹੜਾ ਬਲੌਗ ਆ ਉਹ ਅਲੱਗ ਤੋਂ ਲੈ ਕੇ ਆਵਾਂਗੇ। ਇਹ ਬਲੌਗ ਨੂੰ ਕਰਦੇ ਹਾਂ ਇੱਥੇ ਐਂਡ ਅਤੇ ਮਿਲਾਂਗੇ ਤੁਹਾਨੂੰ ਨਵੇਂ ਬਲੌਗ 'ਚ। ਅਤੇ ਤੁਹਾਡਾ ਸਾਰਿਆਂ ਦੇ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ। ਅਤੇ ਜਿਹਨੇ ਜਿਹਨੇ ਹੁਣ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਜੇ ਵੀਡੀਓ ਵਧੀਆ ਲੱਗਿਆ ਤਾਂ ਸ਼ੇਅਰ ਕਰਨਾ, ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ। ਅਤੇ ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਐਂਡ ਅਤੇ ਮਿਲਦੇ ਹਾਂ ਹੋਰ ਇੱਕ ਨਵੀਂ ਵੀਡੀਓ 'ਚ। ਅਤੇ ਇਸ ਤੋਂ ਬਾਅਦ ਜਿਹੜਾ ਆਪਣਾ ਸਫ਼ਰ ਆ ਉਹ ਹੈਗਾ ਗੁਰਦੁਆਰਾ ਬਾਬਾ ਨਾਨਕ ਪੀਰਾ ਸਾਹਿਬ।